ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪੋ ਆਪਣੇ ਮਨਾਂ ਨੂੰ ਕਿਉਂਕਿ ਸਾਰਿਆਂ ਦੇ ਕੋਲ ਵਾਹਿਗੁਰੂ ਜੀ ਵੱਲੋਂ ਮਨ ਮਿਲੇ ਹੋਏ ਹਨ ਸਾਰਿਆਂ ਦੇ ਕੋਲ ਹਨ ਆਪੋ ਆਪਣਾ ਮਨ ਹੈ ਆਪੋ ਆਪਣੇ ਮਨ ਨਾਲ ਜਨ ਰੌਤਨ ਅੰਗ ਰਿਆ ਹੈ ਆਪੋ ਆਪਣੇ ਮਨ ਦੀਆਂ ਸੋਚਾਂ ਜਿਵੇਂ ਪੋਆਰੇ ਵਿੱਚੋਂ ਪਾਣੀ ਨਿਕਲਦਾ ਹੈ ਉਸ ਪ੍ਰਕਾਰ ਹਰ ਇਹੋ ਜੀ ਦੁਨੀਆ ਦੇ ਜੰਨੇ ਵਿੱਚ ਸਰੀਰ ਹਨ ਉਹਨਾਂ ਦੇ ਵਿੱਚ ਮਨ ਹਨ ਵੱਖ-ਵੱਖ ਮਨਾਂ ਦੇ ਵਿੱਚੋਂ ਵੱਖ-ਵੱਖ ਸੋਚਾਂ ਬੰਦਾ ਸੋਚ ਰਿਹਾ ਹੈ ਸੋਚਾਂ ਨਿਕਲ ਰਹੀਆਂ ਹਨ ਅੰਗ ਹੈ 83 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਪਵਿੱਤਰ ਪਾਵਨ ਗੁਰਬਾਣੀ ਦਾ ਸਲੋਕਮ ਹਲਾ ਪਹਿਲਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਬਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਗਤ ਗੁਰੂ ਗੁਰੂ ਨਾਨਕ ਦੇਵ ਗੁਰੂ ਨਾਨਕ ਆਮਦ ਨਾਰਾਇਣ ਸਰੂਪ ਹੋ ਮਾ ਨਿਰੰਜਨ ਨਿਰੰਕਾਰ ਰੂਪ ਹਕਸ਼ ਵਰ ਗੁਜ਼ੀ ਦਹਜ਼ ਹਰਬਰ ਗੁਜ਼ੀ ਨਿਸ਼ਾਦ ਸੇ ਹਰਬਰ ਤਰੀਂ ਬਰਤਰੀਂ ਪਹਿਲੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਹੈ ਸਤਿਗੁਰੂ ਜੀ ਫਰਮਾ ਰਹੇ ਹਨ ਕੋ ਦਰਤ ਕਰ ਕੈ ਵਸਿਆ ਸੋਏ ਜਿਨਾ ਸੰਸਾਰ ਵਸ ਰਿਹਾ ਹੈ ਵਾਹਿਗੁਰੂ ਦੀ ਤੀ ਕੁਦਰਤ ਤਾਕਤ ਨਾਲ ਵਸ ਰਿਹਾ ਹੈ ਜਿਨ੍ਹਾਂ ਜਿਨ੍ਹਾਂ ਕੋਲ ਵੀ ਭਾਵੇਂ ਸਰੀਰ ਦੀ ਤਾਕਤ ਹੈ ਉਂਗਲਾਂ ਹਨ ਪੈਰ ਹਨ ਗੋਡੇ ਹਨ ਮਸਤਕ ਹੈ ਸਿਰ ਹੈ ਜਿੰਨਾ ਵੀ ਪਲ ਹੈ ਤਾਕਤ ਹੈ ਸਰੀਰ ਦੇ ਵਿੱਚ ਬੰਦਾ ਸਮਝਦਾ ਹੈ ਇਹ ਬਲ ਮੇਰਾ ਹੈ ਇਹ ਤਾਕਤ ਮੇਰੀ ਹੈ ਬਾਰੇ ਬੰਦੇ ਨੂੰ ਬਹੁਤ ਵੱਡਾ ਭਲੇਖਾ ਹੈ ਸਤਿਗੁਰੂ ਜੀ ਫਰਮਾਉਂਦੇ ਹਨ ਇਸ ਕਾਬਲ ਨਾਹੀਂ ਇਸ ਹਾਥ ਕਰਨ ਕਰਾਮਨ ਸਰਬ ਕੋ ਨਾਥ ਪਰੀ ਹੋਈ ਦੁਨੀਆ ਆਖਰੀ ਹੈ ਅਸੀਂ ਕਰ ਰਹੇ ਹਾਂ ਮੈਂ ਕਰ ਰਿਹਾ ਹਾਂ ਮੈਂ ਨਾ ਕਰਦਾ ਤੇ ਇਹ ਕਿਵੇਂ ਹੋਣਾ ਸੀ ਪਹਿਲੇ ਪਾਤਸ਼ਾਹ ਸਤਗੁਰੂ ਜੀ ਫਰਮਾਉਂਦੇ ਹਨ ਐ ਬੰਦਿਆ ਐ ਬੰਦੀ ਐ ਮਨਾ ਕੁਦਰਤ ਕਰਕੇ ਹੀ ਤੂੰ ਦੁਨੀਆਂ ਵਿੱਚ ਵਸ ਰਿਹਾ ਹੈ ਸਮੇ ਨੂੰ ਵਿਚਾਰਿਆ ਕਰ ਵਕਤ ਨੂੰ ਵਿਚਾਰਿਆ ਕਰ ਔਸਰ ਚੁੱਕਾ ਹੱਥ ਨਾ ਆਵੇ ਇੱਕ ਵਾਰੀ ਜਦੋਂ ਜ਼ਿੰਦਗੀ ਦਾ ਟਾਈਮ ਮੁੱਕ ਗਿਆ ਮੁੜ ਕੇ ਇਹ ਹੱਥ ਨਹੀਂ ਆਉਣਾ ਮਾਨਸ ਜਨਮ ਬਹਰ ਨਹਿ ਪਾਵਹਿ ਕਛੁ ਉਪਾਉ ਮੁਕਤ ਕਾ ਕਰ ਰੇ ਕੁਦਰਤ ਕਰਕੇ ਵਸਿਆ ਸੋਏ ਜਿਤੋਂ ਵਸ ਰਹੇ ਆਂ ਸੁੱਖਾਂ ਦੇ ਨਾਲ ਆਪਣੇ ਬਾਲ ਬੱਚਿਆਂ ਵਿੱਚ ਪਰਿਵਾਰ ਵਿੱਚ ਸੰਸਾਰ ਵਿੱਚ ਇਹ ਤਾਕਤ ਸਾਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੈ ਵਖਤ ਵਿਚਾਰੇ ਸੋ ਬੰਦਾ ਹੋਏ ਜਿਸ ਨੇ ਮਾਨ ਦੀ ਕੁੱਖ ਤੋਂ 9. ਮਹੀਨਿਆਂ ਬਾਅਦ ਜਨਮ ਲਿਆ ਹੈ ਉਸ ਨੂੰ ਬੰਦਾ ਆਖਿਆ ਜਾਂਦਾ ਹੈ ਬੰਦੇ ਨੂੰ ਹੁਕਮ ਵੀ ਹਨ ਕਰ ਬੰਦੇ ਤੋਂ ਬੰਦਗੀ ਜਿ ਚਰ ਕਟਮ ਹੈ ਸਾਹੋ ਜਿਨਾਂ ਚਰ ਤੇ ਰਿਚ ਸਾਹ ਹਨ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਹੁਕਮ ਮੰਨ ਲਿਆ ਕਰ ਸਤਿਗੁਰਾਂ ਦੇ ਸਾਹ ਸਾਸ ਸਿਮਰੋ ਗੋਬਿੰਦ ਇਹ ਵਕਤ ਇਹ ਸਮਾਂ ਜਿਹੜਾ ਮਿਲਿਆ ਹੈ ਜਦੋਂ ਸਾਹ ਮੁੱਕ ਗਏ ਇਹ ਸਮਾਂ ਫੇਰ ਨਹੀਂ ਲੱਭਣਾ ਆਪਣੇ ਵਕਤ ਦੀ ਸਮੇਂ ਦੀ ਵਿਚਾਰ ਕਰਿਆ ਕਰ ਜਿਹੜੇ 4 ਦਿਨ ਹਨ ਨਾਨਕ ਦੁਨੀਆ 4 ਦਿਹਾੜੇ ਸੁੱਖ ਕੀਤੇ ਦੁੱਖ ਹੋਈ ਨਾਮ ਜਪ ਲਓ ਸਤਿਗੁਰੂ ਜੀ ਸਾਰਿਆਂ ਨੂੰ ਦੱਸ ਰਹੇ ਹਨ ਇਸਾ ਮੋੜ ਕੇ ਨਹੀਂ ਲੱਭਣਾ ਇਸ ਵਖਤ ਨੂੰ ਵਿਚਾਰ ਲਵੋ ਜੋ ਅਕਾਲ ਪੁਰਖ ਜੀ ਨੇ ਬਖਸ਼ਿਸ਼ ਕੀਤਾ ਹੈ ਵਖਤ ਵਿਚਾਰੇ ਸੋ ਬੰਦਾ ਹੋਏ ਪਰ ਜਿਹੜਾ ਵਕਤ ਟਾਈਮ ਮਿਲਿਆ ਹੈ ਦੁਨੀਆਂ ਤੇ ਆ ਕੇ ਬੰਦਾ ਭੁੱਲ ਪੁਲਾ ਜਾਂਦਾ ਹੈ ਬੰਦਾ ਬਣ ਕੇ ਰਹਿਣਾ ਸੀ ਪਰ ਪਰਮ ਭੁਲੇਖਿਆਂ ਵਿੱਚ ਆਹ ਮੇਰਾ ਹੈ ਉਹ ਮੇਰਾ ਹੈ ਸਮਾ ਐਵੇਂ ਹੀ ਗਵਾਲਿਆ ਵਕਤ ਨੂੰ ਵਿਚਾਰਿਆ ਨਾ ਕਿ ਮੇਰੀ ਉਮਰ ਇੰਨੀ ਕੋ ਹੈ ਇਹ ਸੋਚ ਮਨ ਵਿੱਚ ਨਾ ਲਿਆਂਦੀ ਨਾ ਲਿਆਉਣ ਕਾਰਨ ਹੋਰ ਨਾ ਰਾਮੰਤਈ ਤੁਰਪਿਆ ਗੁਰੂ ਵਾਲਾ ਰਾਹ ਛੱਡ ਬੈਠਾ ਕੁਦਰਤ ਹੈ ਕੀਮਤ ਨਹੀਂ ਪਾਏ ਵਾਹਿਗੁਰੂ ਜੀ ਦੀ ਕੁਦਰਤ ਦੀ ਕੋਈ ਕੀਮਤ ਨਹੀਂ ਪਾ ਸਕਦਾ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਜੋ ਵੀ ਦੁਨੀਆ ਤੇ ਹਨ ਬੜੀਆਂ ਕੋਸ਼ਿਸ਼ਾਂ ਕਰਦੇ ਹਨ ਮਾਇਆ ਨਾਲ ਪੈਸੇ ਨਾਲ ਵਾਹਿਗੁਰੂ ਜੀ ਦਾ ਅੰਤ ਪਾ ਲਈਏ ਸਮਝ ਲਈਏ ਕੀਮਤ ਪਾ ਕੇ ਪੈਸੇ ਨਾਲ ਮਾਇਆ ਨਾਲ ਪਰ ਧਾਨੂ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਫਰਮਾਉਂਦੇ ਹਨ ਤਿਮਤਾ ਪਾ ਕੇ ਕੁਦਰਤ ਨੂੰ ਨਹੀਂ ਸਮਝਿਆ ਜਾ ਸਕਦਾ ਨਹੀਂ ਪਾਇਆ ਜਾ ਸਕਦਾ ਕੁਦਰਤ ਹੈ ਉਹ ਕੁਦਰਤ ਹੈ ਕੁਦਰਤ ਦਿਸਾਇ ਕੁਦਰਤ ਸੁਣੀ ਹੈ ਕੁਦਰਤ ਭਾਉ ਸੁਖਸਾਰ ਸਭ ਕੁਦਰਤ ਹੈ ਤਾਂ ਵਾਹਿਗੁਰੂ ਜੀ ਦੀ ਤਾਕਤ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਸਾਰੇ ਸੰਸਾਰ ਨੂੰ ਚਲਾ ਰਹੇ ਹਨ ਸਾਹ ਦੇ ਰਹੇ ਹਨ ਹੱਥ ਪੈਰ ਚੱਲ ਰਹੇ ਹਨ ਅੱਖਾਂ ਦੇਖ ਰਹੀਆਂ ਹਨ ਕੰਨ ਸੁਣ ਰਹੇ ਹਨ ਜੀਬਾ ਬੋਲ ਰਹੀ ਹੈ ਨਾਲੇ ਰਾਸ ਕਾਸ ਜਾਖਰੀ ਹੈ ਕੋਈ ਵੀ ਕੀਮਤ ਪਾ ਕੇ ਪਰਮਾਤਮਾ ਨੂੰ ਅਕਾਲ ਪੁਰਖ ਜੀ ਦੀ ਕੁਦਰਤ ਨੂੰ ਨਹੀਂ ਸਮਝ ਸਕਦਾ ਕੁਦਰਤ ਹੈ ਕੀਮਤ ਨਹੀਂ ਪਾਏ ਸਤਗੁਰਾਂ ਦੇ ਲੜ ਲੱਗ ਕੇ ਸਤਗੁਰਾਂ ਦੇ ਹੁਕਮ ਨੂੰ ਮੰਨ ਕੇ ਗੁਰੂ ਮਹਾਰਾਜ ਜੀ ਦਾ ਆਖਿਆ ਹੋਇਆ ਚਿੱਤ ਵਿੱਚ ਧਰ ਕੇ ਤਾਂ ਕੁਝ ਸੋਝੀ ਹੁੰਦੀ ਹੈ ਫਰੀਦਾਇ ਕਨਾਨੋਂ ਸਭ ਸੋਝੀ ਆਈ ਇੱਕ ਫਿਰਦੇ ਵੇਪਰਵਾਹ ਕਈ ਵੇਪਰਵਾਹਨ ਲਹੀ ਜਾਂਦੇ ਹਨ ਆਪਣੇ ਵਕਤ ਨੂੰ ਸਮੇਂ ਨੂੰ ਨਹੀਂ ਵਿਚਾਰਦੇ ਇਹ ਜਿਹੜਾ ਸਾਮਾ ਮਿਲਿਆ ਹੈ ਜਿਵੇਂ ਦਿਨ ਮੁੱਕ ਜਾਂਦਾ ਹੈ ਇਹ ਜ਼ਿੰਦਗੀ ਵੀ ਮੁੱਕ ਜਾਂਦੀ ਹੈ ਉਦਾਸ ਨਾ ਹੋਇਆ ਕਰੋ ਜਾ ਕੀਮਤ ਜਾ ਕੀਮਤ ਪਾਏ ਤੱਕ ਹੀ ਨਾ ਜਾਏ ਖਿਮਾ ਕਰ ਦੇਣਾ ਸਤਿਗੁਰੂ ਜੀ ਕੋਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤੱਕ ਹੀ ਨਾ ਜਾਏ ਕਿੰਨੀ ਕੁ ਕੀਮਤ ਪਾ ਲਵੇਗਾ ਬੰਦਾ ਕਹੀਂ ਨਹੀਂ ਜਾ ਸਕਦੀ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਪਤਾ ਨਹੀਂ ਕਦੋਂ ਕੀ ਦੀ ਦੁਨੀਆ ਉਸ ਆਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰ ਰਹੀ ਹੈ ਕੀਮਤਾਂ ਪਾ ਰਹੀ ਹੈ ਪਰ ਕੀਮਤ ਕਹੀ ਨਹੀਂ ਜਾ ਸਕਦੀ ਉਹ ਬੇਅੰਤ ਹਨ ਸਾਰੇ ਸਰਯਤ ਕਰਹੇ ਵਿਚਾਰ ਕੋਈ ਸ਼ਰਧਾ ਦੁਆਰਾ ਸ਼ਰੀਅਤ ਦੁਆਰਾ ਵਿਚਾਰਾਂ ਕਰਦਾ ਹੈ ਪਰ ਸਮਝ ਨਹੀਂ ਪੈਂਦੀ ਬਿਨਾ ਬੁੱਝਣ ਤੋਂ ਬਿਨਾ ਸਮਝਣ ਤੋਂ ਬਿਨਾ ਅੰਡਰਸਟੈਂਡ ਕਰਨ ਤੋਂ ਬਿਨਾ ਗੁਰੂ ਦੀ ਆਖੀ ਹੋਈ ਗੱਲ ਨੂੰ ਮੰਨਣ ਤੋਂ ਅੰਤ ਨਹੀਂ ਪਾਵ ਸਕਦਾ ਬੰਦਾ ਬੰਦੀ ਬੇਨ ਬੂਝੇ ਕਿਵੇਂ ਪਾਵੇਹ ਪਾਰ ਬਿਨਾਂ ਬੁੱਝਣ ਤੋਂ ਕੈਸੇ ਪਾਵਹਿ ਪਾਰ ਅਕਾਲ ਪੁਰਖ ਜੀ ਦਾ ਅੰਤ ਪਾਰ ਆਵਾਰ ਕੈਸੇ ਕਿਵੇਂ ਪਾ ਸਕਦਾ ਹੈ ਗੁਰੂ ਕਿਰਪਾ ਕਰ ਦਿੰਦੇ ਹਨ ਸਮਝਾਉ ਦਿੰਦੇ ਹਨ ਪੈਨੋ ਤੇ ਹੁਕਮ ਹਨ ਗੁਰੂ ਗੁਰੂ ਗੁਰ ਕਰ ਮਨ ਮੋਹ ਗੁਰੂ ਬਿਨਾ ਮੈਂ ਨਾਹੀ ਹੋਰ ਵਾਹਿਗੁਰੂ ਜੀ ਦੇ ਦਰ ਤੱਕ ਪਹੁੰਚਣ ਲਈ ਗੁਰੂ ਪਾਉੜੀ ਹਨ ਬੇੜੀ ਹਨ ਪਾਰ ਕਰਨ ਵਾਸਤੇ ਗੁਰ ਪੌੜੀ ਬੇੜੀ ਗੁਰੂ ਗੁਰੂ ਤੁਲਹਾ ਹਰਨਾਉ ਗੁਰੂ ਪੌੜੀ ਹਨ ਇਤਰਾਹੇ ਪਤ ਪਵੜੀਆਂ ਚੜਿਏ ਹੋਏ ਕਿ ਇਸ ਮਾਲਕ ਨਾਲ ਮਿਲ ਜਾਈਦਾ ਹੈ ਹੁਕਮ ਨੂੰ ਮੰਨ ਕੇ ਆਗਿਆ ਨੂੰ ਮੰਨ ਕੇ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਅਨਸਾਰ ਰਜ਼ਾ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਕੇ ਮਾਲਕ ਨੂੰ ਮਿਲ ਜਾਈਦਾ ਹੈ ਬੇੜੀ ਵਿੱਚ ਬੈਠ ਕੇ ਗੁਰ ਪੌੜੀ 베ੜੀ ਗੁਰੂ ਗੁਰਤੁਲ ਹਾਰਨਾਉ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਪੜ੍ਹ ਕੇ ਕੀਰਤਨ ਕਰਕੇ ਸੁਣ ਕੇ ਸੇਵਾ ਸਿਮਰਨ ਬੰਦਗੀ ਕਰਕੇ ਗੁਰੂ ਘਰ ਵਿੱਚ ਆ ਕੇ ਵਾਹਿਗੁਰੂ ਨਾਮ ਜਹਾਜ ਹੈ ਟੜੇ ਸੂ ਉਤਰੇ ਭਾਰ ਇਸ 베ੜੇ ਤੇ ਚੜ ਕੇ ਇਹ ਮਨ ਪਾਰ ਹੋ ਜਾਂਦਾ ਹੈ ਇਸ ਦੁੱਖਾਂ ਭਰੇ ਸੰਸਾਰ ਤੋਂ ਛੁਟਕਾਰਾ ਮਿਲ ਜਾਂਦਾ ਹੈ ਸਿੱਧਕ ਕਰ ਸਜਦਾ ਭਾਈ ਜੇ ਸਜਦਾ ਕਰਨਾ ਹੈ ਸਿੱਧਕ ਰੱਖਿਆ ਕਰ ਸਬਰ ਰੱਖਿਆ ਕਰ ਮਨ ਕਰਮਖ 소ਦ ਮਨ ਕਰਕੇ ਸਫਤ ਸਲਾਹ ਕਰਿਆ ਕਰ ਉਹ ਵਾਹਿਗੁਰੂ ਹਰ ਪਾਸੇ ਹਨ ਪੱਤੇ ਪੱਤੇ ਵਿੱਚ ਜਰਰੇ ਜਰਰੇ ਵਿੱਚ ਹਨ ਕੋਈ ਥਾਂ ਅਕਾਲ ਪੁਰਖ ਜੀ ਤੋਂ ਬਿਨਾਂ ਖਾਲੀ ਨਹੀਂ ਹੈ ਹਰ ਘਾਟ ਵਿੱਚ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਵਾਸਾ ਹੈ ਘਟ ਘਟ ਮੈਂ ਹਰ ਜੋ ਬਸੈ ਜੋ ਦਿਸਤ ਹੈ ਮਿਰਗ ਮੀਨ ਪੰਖੇ ਰੂ ਸੋ ਬਿਨ ਹਰਿ ਜਾਪਤ ਹੈ ਨਹੀਂ ਹੋਰ ਬੰਦਿਆਂ ਤੋਂ ਇਲਾਵਾ ਹੋਰ ਵੀ ਜੜੇ ਬਤਾਲੀ ਲਖ ਜੂਨ ਜਲ ਵਿੱਚ ਸਿਮਰਨ ਕਰ ਰਹੀ ਹੈ ਪਰਮਾਤਮਾ ਦਾ ਜੋ ਦਿੱਸਤ ਹੈ ਮੀਨ ਮੱਛੀਆਂ ਵੀ ਜਪ ਰਹੀਆਂ ਹਨ ਮਾਲਕ ਨੂੰ ਉਹਦੇ ਹੁਕਮ ਵਿੱਚ ਰਹਿ ਰਹੀਆਂ ਹਨ ਜੋ ਦਿੱਸਤ ਹੈ ਮਿਰਗ ਜੰਗਲਾਂ ਦੇ ਵਿੱਚ ਹਰਣ ਹਨ ਕਿੰਨੀ ਫੁਰਤੀ ਦਿੱਤੀ ਹੈ ਵਾਹਿਗੁਰੂ ਜੀ ਨੇ ਉਹਨਾਂ ਨੂੰ ਦੌੜਨ ਦੀ ਉਹ ਵੀ ਜਪਦੇ ਹਨ ਉਸ ਆਕਾਲ ਪੁਰਖ ਵਾਹਿਗੁਰੂ ਜੀ ਨੂੰ ਜਿਸ ਸਮਾਲਕ ਨੇ ਉਹਨਾਂ ਨੂੰ ਉਹ ਸਰੀਰ ਦਿੱਤਾ ਹੈ ਹਰ ਦਾ ਪੰਖੇਰੂ ਉੱਡ ਰਹੇ ਹਨ ਜਹਾਜਾਂ ਦੇ ਨਾਲ-ਨਾਲ ਉੱਡੇ ਫਿਰਦੇ ਹਨ ਆਕਾਸ਼ ਵਿੱਚ ਉੱਡਦੇ ਆ ਉੱਡਦੇ ਵੀ ਜਪਦੇ ਹਨ ਆਕਾਲ ਪੁਰਖ ਜੀ ਨੂੰ ਜੋ ਦੀਸਤ ਹੈ ਮਿਰਗ ਮੀਨ ਪੰਖੇ ਰੂ ਸੋ ਬਿਨ ਹਰਿ ਜਾਪਤ ਹੈ ਨਹੀਂ ਹੋਰ ਉਹ ਬਿਨਾ ਵਾਹਿਗੁਰੂ ਤੋਂ ਕਿਸੇ ਹੋਰ ਨੂੰ ਨਹੀਂ ਜਪਦੇ ਜੇ ਹੈ ਤੇਰੇ ਦੇਖਾਂ ਤਹਿ ਤੇਰੇ ਮੌਜੂਦ ਜਿਹੜੇ ਪਾਸੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਦੇਖਿਆ ਜਾਵੇ ਜਿਹ ਧਿਰ ਕਿਸੇ ਵੀ ਸਾਈਡ ਤੇ ਉੱਤਰ ਦੱਖਣ ਪੂਰਬ ਪੱਛਮ ਥੱਲੇ ਉੱਤੇ ਪਤਾਲਾਂ ਵਿੱਚ ਆਕਾਸ਼ ਕਈ ਆਕਾਸ਼ ਹਨ ਪਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਕਿੰਨੀਆਂ ਹੀ ਧਰਤੀਆਂ ਹਨ ਹਰ ਥਾਂ ਅਕਾਲ ਪੁਰਖ ਵਾਹਿਗੁਰੂ ਜੀ ਮੌਜੂਦ ਹਨ ਉੱਥੋਂ ਦੇ ਜੀਵ ਕਾ ਕਰੇ ਹਨ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਹਨ ਐ ਬੰਦਿਆ ਤੂੰ ਕਿਉਂ ਨਹੀਂ ਹਾਜ਼ਰ ਨਾਜ਼ਰ ਸਮਝਦਾ ਜਿਹ ਤੇਰ ਦੇਖਾਂ ਤਿਹ ਤੇਰ ਮੌਜੂਦ ਮਹੱਲਾਤੀ ਜਾਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਹਨ ਅੰਗ ਹੈ 84 ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ ਗੁਰ ਸਬਾ ਇਹ ਨ ਪਾਈ ਐ ਨਾ ਨੇੜੇ ਨਾ ਦੂਰ ਗੁਰ ਸਬਾ ਵਿੱਚ ਆ ਕੇ ਜੇ ਮਨ ਹਾਜ਼ਰ ਨਹੀਂ ਇਹ ਨ ਪਾਈ ਐ ਜੇ ਮਨ ਭੱਜਾ ਫਿਰਦਾ ਹੈ ਸਾਰੇ ਪਾਸੇ ਇੰਜ ਨਹੀਂ ਪਾਇਆ ਜਾਂਦਾ ਆਪਣੇ ਮਾਲਕ ਨੂੰ ਵਾਹਿਗੁਰੂ ਜੀ ਨੂੰ ਅਕਾਲ ਪੁਰਖ ਜੀ ਨੂੰ ਐ ਮਨਾ ਤੇਰੀ ਹਾਜ਼ਰੀ ਨਾ ਹੋਣ ਕਰਕੇ ਤੈਨੂੰ ਨੇੜੇ ਨਹੀਂ ਦਿੱਸਤੇ ਤੇ ਜੇ ਤੇਰਾ ਮਨ ਧੰਗ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਗੁਰੂ ਚਰਨਾਂ ਦੇ ਵਿੱਚ ਹੈ ਨਾ ਦੂਰ ਕਹੇ ਰਬਦਾਸ ਹੱਥ ਪੈ ਨੇਰੇ ਫਿਰ ਤੇ ਤੇਰੇ ਹੱਥਾਂ ਪੈ ਰਾਂ ਤੂੰ ਵੀ ਨੇੜੇ ਹਾਂ ਆਕਾਲ ਪੁਰਖ ਵਾਹਿਗੁਰੂ ਜੀ ਆਮਾਨਾ ਤੈਨੂੰ ਆਪਣਾ ਆਪ ਬਦਲਣ ਦੀ ਲੋੜ ਹੈ ਨਹੀਂ ਤੇ ਨਹੀਂ ਪਾਇਆ ਜਾ ਸਕਦਾ ਗੁਰਸਭਾ ਏਵ ਨਾ ਪਾਈਐ ਨਾਨਕ ਸਤ ਗੁਰ ਤਾਂ ਮਿਲੈ ਨਾਨਕ ਸਤ ਗੁਰ ਤਾ ਮਿਲੈ ਧੰ ਗੁਰੂ ਨਾਨਕ ਸਾਹਿਬ ਜੀ ਹੁਕਮ ਕਰਦੇ ਹਨ ਸਤਿਗੁਰੂ ਤਾਂ ਮਿਲਦੇ ਹਨ ਨਹੀਂ ਤਾਂ ਜ਼ਿੰਦਗੀ ਨੰਗ ਜਾਂਦੀ ਹੈ ਸਤਿਗੁਰਾਂ ਤੋਂ ਦੂਰ ਰਹਿ ਰਹਿ ਕੇ ਹੀ ਬੰਦਾ ਆਪਣਾ ਜਨਮ ਪੂਰਾ ਕਰ ਜਾਂਦਾ ਹੈ ਟਾਈਮ ਪੂਰਾ ਕਰ ਜਾਂਦਾ ਹੈ ਨਾਮ ਉੜ ਕੇ ਇਸ ਹਮਲ ਲੱਭਣਾ ਹੈ ਔਸਰ ਚੁੱਕਾ ਹੱਥ ਨਾ ਆਵੇ। ਪਾਈਓ ਸਤਗੁਰਾਂ ਨੇ ਸਮਝਾਇਆ ਹੈ ਮਾਨਸ ਜਨਮ। ਬਹਰ ਨਾ ਪਾਵੇ ਕਛੂ ਓ ਪਾਉ ਮੁਕਤ ਕਾ ਕਰ ਰੇ। ਐ ਮਨਾ ਜੇ ਤੂੰ ਹਾਜ਼ਰ ਨਹੀਂ ਰਹੇਂਗਾ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਮਨ ਨੂੰ ਹਾਜ਼ਰ ਨਹੀਂ ਰੱਖੇਂਗਾ ਸਤਗੁਰਾਂ ਦੇ ਚਰਨਾਚ। ਤੇਰਾ ਤੇ ਸਤਿਗੁਰਾਂ ਦਾ ਮਿਲਾਪ ਕਿਵੇਂ ਹੋਵੇਗਾ ਕਿਵੇਂ ਤੇਰਾ ਦੁਨੀਆ ਤੇ ਆਉਣਾ ਸਫਲਾ ਹੋਵੇਗਾ ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਦੂਰ ਜੇ ਮਨ ਹਾਜ਼ਰ ਰਵੇ ਸਤਿਗੁਰਾਂ ਦੇ ਦਰ ਤੇ ਹਜ਼ੂਰੀ ਵਿੱਚ ਤਾਂ ਸਤਿਗੁਰਾਂ ਦਾ ਮਿਲਾਪ ਹੁੰਦਾ ਹੈ ਪੌੜੀ ਸਤ ਪਤ ਦੀਪ ਸਤ ਸਾਗਰ ਨਵ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਸਤ ਦੀਪ ਹਨ ਸਤ ਸਾਗਰ ਹਨ ਨੌ ਖੰਡ ਹਨ ਚਾਰ ਵੇਦ ਹਨ ਦਸ ਅਸ਼ਟ ਪੁਰਾਣਾ 18 ਪੁਰਾਣ ਹਨ 10 ਅਸ਼ਟ 10 ਅਤੇ 8 ਹਰ ਸਭਨਾ ਵਿੱਚ ਤੂੰ ਵਰਤਦਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਪੌੜੀ ਵਿੱਚ ਵਾਹਿਗੁਰੂ ਜੀ ਹਰ ਹਿਰਦੇ ਵਿੱਚ ਟੜਕਣ ਚੱਲ ਰਹੀ ਹੈ ਜਦੋਂ ਦਾ ਮਾਂ ਨੇ ਜਨਮ ਦਿੱਤਾ ਹੈ ਮਸ਼ੀਨਾਂ ਖਰਾਬ ਹੋ ਜਾਂਦੀਆਂ ਹਨ ਉਹਨਾਂ ਦੀਆਂ ਟੜਕਣਾ ਰੁਕ ਜਾਂਦੀਆਂ ਹਨ ਕਾਰਾਂ ਓਟਰਾ ਗੱਡੀਆਂ ਖਰਾਬ ਹੋ ਜਾਂਦੀਆਂ ਹਨ ਇੰਜਣ ਰੁਕ ਜਾਂਦੇ ਹਨ ਪਰ ਵਾਹਿਗੁਰੂ ਜੀ ਜਦੋਂ ਦਾ ਮਾਤਾ ਨੇ ਜਨਮ ਦਿੱਤਾ ਹੈ ਆਪ ਜੀ ਦੇ ਹੁਕਮ ਅਨੁਸਾਰ ਉਦੋਂ ਦੀ ਟੜਕਣ ਚੱਲ ਰਹੀ ਹੈ 24 ਘੰਟੇ ਰਾਤੀ ਦਿਨੇ ਸਾਹ ਪੇ ਚੱਲਦੇ ਹਨ ਬੰਦਾ ਐਵੇਂ ਗੁਆ ਰਿਹਾ ਹੈ ਹਰ ਸਬਨਾ ਵਿੱਚ ਤੂੰ ਵਰਤਦਾ ਵਾਹਿਗੁਰੂ ਜੀ ਤੁਸੀਂ ਹੀ ਸਾਰਿਆਂ ਵਿੱਚ ਵਰਤ ਰਹੇ ਹੋ ਤਾਈਓ ਤੇ ਦੁਨੀਆ ਚੱਲ ਰਹੀ ਹੈ ਤੁਰ ਰਹੀ ਹੈ ਕੰਮ ਕਰ ਰਹੀ ਹੈ ਪ੍ਰਸ਼ਾਦਾ ਛੱਕ ਰਹੀ ਹੈ ਬਸਤਰ ਪਾ ਰਹੀ ਹੈ ਨੌਕਰੀਆਂ ਕਰ ਰਹੀ ਹੈ ਕਿਰਤ ਕਮਾਈ ਕਰ ਰਹੀ ਹੈ ਉਹਨਾਂ ਵਿੱਚ ਤੁਸੀਂ ਵਰਤਦੇ ਹੋ ਬਲ ਜਿਹੜਾ ਹੈ ਤਾਕਤ ਜਿਹੜੀ ਹੈ ਉਦ੍ਰਤ ਜਿਹੜੀ ਹੈ ਉਹ ਵਾਹਿਗੁਰੂ ਜੀ ਆਪ ਜਿਤੀ ਹੈ ਹਰ ਸਬਨਾ ਵਿੱਚ ਤੂੰ ਵਰਤਦਾ ਹਰ ਸਬਨਾ ਭਾਣਾ ਫਿਰ ਵੀ ਜਿੰਨਾ ਤੇ ਕਿਰਪਾ ਹੋ ਜਾਂਦੀ ਹੈ ਸਤਿਗੁਰੂ ਜੀ ਦੀ ਉਹ ਭਾਣੇ ਵਿੱਚ ਰਹਿੰਦੇ ਹਨ ਭਾਣਾ ਉਜੜ ਭਾਣਾ ਰਹਾ ਆਗਿਆ ਵਿੱਚ ਰਹਿੰਦੇ ਹਨ ਹੁਕਮ ਨੂੰ ਮੰਨਦੇ ਹਨ ਰਜ਼ਾ ਨੂੰ ਮੰਨਦੇ ਹਨ ਗੁਰਬਾਣੀ ਦੇ ਪਹਿਲੇ ਅੰਗ ਤੇ ਜੋ ਲਿਖਿਆ ਹੈ ਹੁਕਮ ਰਜਾਈ ਤਲਣਾ ਨਾਨਕ ਲਿਖਿਆ ਨਾਲ ਹੁਕਮ ਵਿੱਚ ਰਹਿ ਕੇ ਦਿਨ ਤੇ ਰਾਤ ਕੱਟਦੇ ਹਨ ਆਪਣੇ ਬੱਚਿਆਂ ਵਿੱਚ ਪਰਿਵਾਰ ਵਿੱਚ ਸੰਸਾਰ ਵਿੱਚ ਜਿੰਨੇ ਵੀ ਹਨ ਦੁਨੀਆ ਤੇ ਸਭ ਵਾਹਿਗੁਰੂ ਜੀ ਆਪ ਜੀ ਨੂੰ ਤੇ ਆਉਂਦੇ ਹਨ ਯਾਦ ਕਰਦੇ ਹਨ ਆਪ ਜੀ ਦਾ ਹੀ ਨਾਮ ਜਪਦੇ ਹਨ ਮਿਹਨਤ ਕਰਦੇ ਹਨ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਾਬਤੁ ਜੈ ਤੇ ਆਵਹਿ ਜੀ ਜੰਤ ਜਿੰਨੇ ਵੀ ਜੀਆ ਜੰਤ ਹਨ ਜਲਾਂ ਵਿੱਚ ਥਲਾਂ ਵਿੱਚ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ ਸਭ ਤੁਹਾਨੂੰ ਜਪਦੇ ਹਨ ਕਿਉਂਦੇ ਹਨ ਸਭ ਤੋਂ ਜਹਤਿ ਆਵਹਿ ਜੀ ਜੰਤ ਹਰ ਸਾਰਗ ਪਾਣਾ ਵਾਹਿਗੁਰੂ ਜੀ ਸਭ ਤੁਹਾਡਾ ਨਾਮ ਜਪਦੇ ਹਨ ਜਿਨ੍ਹਾਂ ਤੇ ਤੁਸੀਂ ਕਿਰਪਾ ਕਰ ਦਿੰਦੇ ਹੋ ਜੋ ਗੁਰਮੁਖ ਹਰਾ ਰਾਦ ਦੇ ਤਿੰਨ ਹੋਂ ਕੁਰਬਾਨਾ ਜਿਹੜੇ ਗੁਰਮੁਖ ਬਣ ਕੇ ਹਰ ਜੀ ਵਾਹਿਗੁਰੂ ਜੀ ਤੁਹਾਨੂੰ ਆਰਾਧ ਦੇ ਹਨ ਯਾਦ ਕਰਦੇ ਹਨ ਧੰ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਹਉ ਤਿਨ ਹਉ ਕੁਰਬਾਨਾ ਜੋ ਗੁਰਮੁਖ ਹਰ ਆਰਾਧ ਦੇ ਤਿਨ ਹਉ ਕੁਰਬਾਨਾ ਉਹਨਾਂ ਤੋਂ ਅਸੀਂ ਸਦਕੇ ਸਦਕੇ ਸਤਿਗੁਰੂ ਜੀ ਫਰਮਾਉਂਦੇ ਹਨ ਜਾਂਦੇ ਹਨ ਕੁਰਬਾਨ ਜਾਂਦੇ ਹਨ ਹਾਂ ਕੁਰਬਾਨੇ ਜਾਵਾਂ ਮਹਿਰਵਾਨਾ ਹਾਂ ਕੁਰਬਾਨੇ ਜਾਵਾਂ ਹਾਂ ਕੁਰਬਾਨੇ ਜਾਵਾਂ ਤੇ ਨਾ ਕੋ ਲੈਨ ਜੋ ਤੇਰਾ ਨਾਮ ਤੂੰ ਵਾਪੇ ਆਪ ਵਰਤਦਾ ਕਰ ਚੋਜ ਵਿਡਾਣਾ ਜਿੰਨਾ ਵੀ ਸੰਸਾਰ ਦੇ ਵਿੱਚ ਇਹ ਚੋਜ ਵਰਤ ਰਿਹਾ ਹੈ ਵਰਤਾਰਾ ਵਰਤ ਰਿਹਾ ਹੈ ਖੇਡਾਂ ਦੁਨੀਆ ਖੇਡ ਰਹੀ ਹੈ ਵਾਹਿਗੁਰੂ ਜੀ ਤੁਹਾਡੇ ਚੋਜ ਵਿਡਾਣ ਹਨ ਤੁਸੀਂ ਵੱਖ-ਵੱਖ ਤਰੀਕਿਆਂ ਨਾਲ ਇਹ ਦੁਨੀਆ ਨੂੰ ਭਰਿਆ ਹੋਇਆ ਹੈ ਆਪ ਹੀ ਵਰਤ ਰਹੇ ਹੋ ਘਰ ਚੋਜ ਵਿਡਾਣਾ ਡਿਫਰੈਂਟ ਡਿਫਰੈਂਟ ਸ਼ਕਲਾਂ ਸੂਰਤਾਂ ਮੂਰਤਾਂ ਪਤਾ ਨਹੀਂ ਕਿੰਨਾ ਕੁ ਸੰਸਾਰ ਰੰਗ ਬਰੰਗਾ ਭਰਿਆ ਪਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਜੀਓ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਜਿਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਹਨ ਪੂਰੀ ਦੁਨੀਆ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਦਾਸ ਸੰਗਤਾਂ ਦਾ ਸੇਵਾਦਾਰ ਪੂਰੀ ਦੁਨੀਆ ਦੀਆਂ ਜਿੰਨੀਆਂ ਵੀ ਸੰਗਤਾਂ ਹਨ ਗੁਰੂ ਨਾਨਕ ਨਾਮ ਲੈਵਾ ਉਹਨਾਂ ਦਾ ਸੇਵਕ ਸੇਵਾਦਾਰ ਗਿਆਨੀ ਦਿਲਬਾਗ ਸਿੰਘ ਦਾਸ ਪਾਸੋਂ ਗੁਰਬਾਣੀ ਪੜ੍ਹਦੇ ਆਂ ਬੜੀਆਂ ਭੁੱਲਾਂ ਹੋ ਜਾਂਦੀਆਂ ਹਨ ਦਾਸ ਰਖਿਮਾ ਮੰਗਦਾ ਹੈ ਦਾਸ ਦੇ ਝੋਲੀ ਵਿੱਚ ਖਿਮਾ ਪਾ ਦੇਣ ਦੀ ਕਿਰਪਾਲਤਾ ਕਰਨ ਆਪਣੇ ਵਕਤ ਨੂੰ ਟਾਈਮ ਨੂੰ ਨਹੀਂ ਭੁੱਲਣਾ ਵਿਚਾਰ ਕਰਨੀ ਹੈ ਕਿੰਨਾ ਕੁ ਟਾਈਮ ਹੈ ਸਾਡੇ ਕੋਲ ਵਕਤ ਵਿਚਾਰੇ ਸੋ ਬੰਦਾ ਹੋਏ ਉਹ ਬੰਦਾ ਹੈ ਜਿਹੜਾ ਆਪਣੇ ਟਾਈਮ ਨੂੰ ਯਾਦ ਰੱਖਦਾ ਹੈ ਅਤੇ ਨਾਮ ਜਪਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ